ਝੂਠਾ ਲੁਕੀ ਆ ਨਹੀਂ ਲੁਕੀ ਆ ਜਾ ਵੇਖ ਲਾ ਰਾਜੂ ਕਿੱਥੇ ਆ ਜਾ ਕਿਆ ਚੌਕੀ ਤੁਹਾਡੇ ਨਾਲ ਲੱਗਣੀ ਸਾਡੇ ਨਾਲ ਕਿਉਂ ਲੱਗਣੀ ਆ ਉਹਦੇ ਕੋਲ 200 ਰੁਪਇਆ ਵੀ ਕਰਾਇਆ ਵੀ ਹੈਗਾ ਉਹਦੇ ਕੋਲ ਪੈਸੇ ਵੀ ਹੈਗੇ ਸੀ ਨਾ ਉਹਦੇ ਕੋਲ ਅੱਜ ਪੈਸੇ ਵੀ ਲਈ ਫਿਰਦੀ ਸੀ ਮੁੱਠ ਚ ਦਾਲ ਤੁਸੀਂ ਕਰੀ ਪੈਸੇ ਦਿੱਤੇ ਮੈਂ ਗੋਲਣਾ ਨੀ ਗਏ ਸ਼ੀਰੋ ਰਾਜੂ ਨੂੰ ਫੋਨ ਤੇ ਲਾ ਕਿੱਥੇ ਆ ਲਿਆ ਫੋਨ ਕਰੋਨ ਕਰ ਕਿੱਥੇ ਆ ਤੇਰੇ ਹਿਸਾਬ ਨਾਲ ਕਿੱਥੇ ਗਈ ਹੋਊਗੀ ਮੰਨੂ ਨੇ ਭੜਕ ਤੇ ਗਈ ਆ ਤੇ ਤੈਨੂੰ ਦੱਸ ਕੇ ਗਈ ਆ ਅਕਸਰ ਨਿਕਲ ਗਈ ਵੀਰੇ ਨਿਆਣੇ ਦੇ ਪੱਲੇ ਆਹੋ ਲੈ ਪੈ ਗਿਆ ਜੀ ਪੰਗਾ ਚੱਲ ਸ਼ੁਰੂ ਭਾਰ ਹੋਣਾ ਆ ਨਹੀਂ ਭਾਉ ਨਿਆਣੇ ਮੇਰੇ ਕੋਲ ਮੰਨੂ ਨੂੰ ਬੜਾ ਵੀ ਤੇ ਭਾਰ ਹੋਣਾ ਨਾ ਹੁਣ ਅੱਖੀ ਜਿਹੜੀ ਹੈ ਟੱਕਦੀ ਨਹੀਂ ਅੱਛਾ ਬੇਇੱਜ਼ਤੀ ਕਰਾਉਂਦੀ ਜਿਹੜੀ ਚੱਲ ਕੋਈ ਨਹੀਂ ਹੁਣ ਤੂੰ ਮੈਂ ਮੁੰਡੇ ਰਾਤੇ ਇਕੱਠੇ ਹੋ ਜਾਂਦੇ ਆ ਉਹ ਆਂਦੇ ਨੂੰ ਗੱਡੀ ਪਾ ਕੇ ਛੱਡ ਕੇ ਆਈਏ ਕੌਣ ਆਂਦੇ ਮੁੰਡੇ ਜੋ ਕੋਲ ਦਾ ਮੁੰਡਾ ਇਕੱਠਾ ਹੋ ਜਾਂਦਾ ਗਲੀ 'ਚ ਫਿਰਦੇ ਨਿਆਣੇ ਤੇਰੇ ਕੋਲ ਰਹਿਣਗੇ ਤੇ ਹੁਣ ਨਿਆਣੇ ਦੁਕਾਨ ਤੇ ਵੀ ਲਾ ਕੇ ਪੂਰੀਆਂ ਪਾਊਗਾ ਕਿਲੋ ਖੰਡ ਦੀ 5 ਕਿਲੋ ਦੇ ਦਿਆ ਕਰਨੀ ਅਗਲੇ ਨੂੰ ਆਹੋ ਆਹੋ ਗੱਬੂਜੀ ਵੀ ਜੇ ਪਰਹਿ ਕੇ ਖਾ ਲੇ ਤੇ ਫਿਰ ਕੀ ਹੋਊਗਾ ਕੀ ਪਰਹਿ ਕੇ ਖਾ ਲੇ ਸ਼ਹਿਰੋਂ ਦੇ ਆਹੋ ਆਂਦੇ ਉਹਦੇ ਪਲੈਗੜ ਖਾਦੇ ਤੇ ਦਾਲ ਚ ਪਾਣੀ ਪੈ ਜਾਵੇ ਕੀ ਖਾ ਕੇ ਪਲੈਗੜ ਹਾਂ ਦਾਲ ਚ ਪਾਣੀ ਪੈ ਜਾਵੇ ਦਾਲ ਚ ਪਾਣੀ ਪਾਉਂਦਾ ਪਰਹਿ ਕੇ ਖਾ ਕੇ ਆਹੋ ਗਲਤ ਗੱਲ ਤੇ ਤੂੰ ਸਮਝਾਉਂਦੀ ਨਹੀਂ ਪਰਹਿ ਗਿਆ ਤੋਂ ਬਸ ਸਮਝਾਉਂਦੀ ਆ ਚਿਕਨ ਲਿਆ ਕੇ ਆਂਦਾ ਹੁਣ ਚਿਕਨ ਤੁਸੀਂ ਚਿਕਨ ਹੀ ਖਾਂਦੇ ਜੇ ਹੁਣ ਤੁਸੀਂ ਤੁਹਾਡੇ ਪਾਓ ਤੁਸੀਂ ਚਿਕਨ ਦੇ ਗਿੱਜੇ ਜੇ ਹੁਣ ਨਹੀਂ ਹੁਣ ਨਹੀਂ ਸਭ ਖਾਦੇ ਜਾਂਦਾ ਕਿੰਨੇ ਦਿਨ ਹੋ ਗਏ ਖਾਦੇ ਨੂੰ ਬਾਬਾ ਜੀ ਹੋ ਗਏ ਹੈ ਬਾਬਾ ਜੀ ਬੋਰਡ ਕਿਹਨੂੰ ਪਾਈਓ ਬੋਰਡ ਤੱਕੜੀ ਨੂੰ ਹੈ ਤੱਕੜੀ ਨੂੰ ਅੱਛਾ ਯਾਰ ਇਹਨੇ ਕੰਮ ਹੀ ਖਰਾਬ ਕਰਤਾ ਮੇਰਾ ਸਰ ਰਾਜੂ ਪਹਿਲਾਂ ਆਪਾਂ ਰਾਜੂ ਦੀ ਭਾਲ ਕਰੀਏ ਰਾਜੂ ਕਿੱਥੇ ਆਹੋ ਚੱਲ ਚੱਲ ਕੇ ਰਾਜੂ ਭਾਲ ਕਰੀਏ ਫੋਨ ਲਾਓ ਪਹਿਲਾਂ ਦੇ ਰਾਜੂ ਨੂੰ ਰਾਜੂ ਨੂੰ ਫੋਨ ਲਾਈਏ ਲੈ ਉਹ ਲਾਇਆ ਫੋਨ ਕੋਈ ਚੁੱਕਣ ਨਹੀਂ ਦਈਦੇ ਚੁੱਕਦੀ ਨਹੀਂ ਫੋਨ ਕਿੱਥੇ ਗਈ ਹੋਊਗੀ ਕੀ ਪਤਾ ਹੈ ਕਿੱਦਾਂ ਬਣਾ ਜਾਣਾ ਇਹਨੂੰ ਕਹ ਰਾਜੂ ਕਿੱਥੇ ਛੱਡ ਗਿਆ ਰਾਜੂ ਕਿੱਦਾਂ ਛੱਡ ਗਿਆ ਵਾ ਹਾਂ ਰਾਜੂ ਕੰਮ ਤੋਂ ਬਾਅਦ ਇਹਨੂੰ ਲਿਆ ਕੇ ਦੇ ਰਾਜੂ ਤੂੰ ਖੜੀ ਲਾ ਕੇ ਲੈ ਦੇ ਤੂੰ ਖੜੀ ਤੂੰ ਭੱਜ ਗਈ ਮੈਂ ਕਰਨ ਲਿਆ ਕੇ ਦੇ ਲਿਆ ਕੇ ਤੂੰ ਕਰ ਲਈ ਰਾਜੂ ਨਹੀਂ ਤੂੰ ਕੋਲੇ ਪਾਉ ਭਾਲ ਬੱਚੇ ਸਾਹਮਣੇ ਆਉਂਦੀ ਮੈਂ ਹੋਰ ਜਮਣੇ ਹਾਂ ਆਹ ਮੁੰਡਾ ਨਾ ਦੇ ਕਾਲਾ ਜਿਹਾ
ਮਜ਼ਾਕ ਨਾ ਸਮਝ ਸ਼ੀਰੋ। ਤੂੰ ਕਹਿ ਮੈਂ ਥੋੜੀ ਜ਼ਿਆਦਾ ਬੁੜੀ ਆ। ਚੱਲ ਠੀਕ ਆ ਫਿਰ, ਕੋਈ ਜਾ ਕੇ ਪਿੰਡ ਦੇ ਪਿੰਡ ਨਾ ਆਈ ਹੋਵੇ ਰਾਜੂ ਭਲਾ, ਤੇ ਜਦੋਂ ਆ ਗਈ ਸਾਨੂੰ ਵੀ ਫੋਨ ਲਾ ਦੀ। ਮੈਨੂੰ ਲੱਗਦਾ ਨੀ ਆਊਗੀ ਹਨਾ, ਪਹਾੜਾਂ ਵੱਲੋਂ ਚੱਲ ਗਈ ਬਾਲ ਕਟਾਉਂਦੇ ਹੋਵੇ ਕਦੋਂ ਸ਼ੀਰੋ ਤੇਰੇ ਵਾਲਾਂ ਨੂੰ ਕੁੱਖ ਕਰੀਏ। ਆਹੋ ਕਰ ਦਿਓ, ਬਲੈਕ ਕਰ ਦਈਏ, ਕਰ ਦੇ ਖੋਲਾ ਅੱਜ ਨੀ ਕੱਲ ਨੂੰ ਬੋਲਾਂ ਦੀ ਕੱਲ ਪਰਸੋਂ ਕਰੇ ਇਹਦੇ ਤਿਆਰ ਹੀ ਨਹੀਂ ਦੀ ਮਿੰਟ ਜੀ ਤੇ ਉਸੇ ਵਾਲੇ ਅਸਲ ਦੀ ਖੋਲਾ ਰਾਜੂ ਪਹਿਲਾਂ ਲੱਭੀਏ ਵਾਲ ਤੇ ਫੇਰ ਕਲਰ ਹੋਣਗੇ। ਆਹੋ ਮਹਿੰਦੀ ਲਾ ਲਈ ਮੇਰੇ ਹੋਣੇ ਵਾਲ ਹੋ ਜਾਣੇ। ਹਾਂ ਮਹਿੰਦੀ ਲਾ ਲਈ ਮਹਿੰਦੀ ਇਹ ਅੱਜ ਲਾ ਦੇ ਲਾਈ ਕਲਰ ਕਲਰ ਰਿਚ ਦਾ ਰਿਚ ਕਿਹੜਾ ਰਿਚ ਗੋਲਡ ਹਾਂ ਰਿਚ ਕਿੰਨੇ ਦਾ ਹੁਆ ਉਹਦਾ 500 ਦਾ ਨਹੀਂ 40 ਰੁਪਏ ਦਾ 500 ਦਾ ਆਉਣਾ ਵਾ ਪਿੱਛੇ ਲੋੜੀ ਰਹੀ ਹੈਰੋ ਹਾਂ ਪਿੱਛੇ ਨੂੰ ਆਉਣੀ ਹੈ ਆ ਪੈਨਸ਼ਨ ਤੇ ਆ ਗਈ ਹੋਣੀ ਆ ਤੇ ਆ ਅੱਗੇ ਨਹੀਂ 6 ਹੋ ਗਈ 6 ਹੋ ਗਈ ਆ ਭੱਜ ਭੱਜ ਸੋਮਵਾਰ ਆ ਜੂ ਤੇ ਸੋਮਵਾਰ ਪੈਨਸ਼ਨ ਆ ਜਾਣੀ ਆ ਜੀ ਦਵਾ ਲਿਓ ਪਾਪਾ ਤੈਨੂੰ ਨਹੀਂ ਨਹੀਂ ਬਾਬੂ ਕਹਿੰਦੀ ਪੈਨਸ਼ਨ ਲੈਣ ਮੈਂ ਜਾਣਾ ਵਾ ਕਹਿੰਦੀ ਪੈਸੇ ਆਪਦੇ ਕਬਜ਼ੇ ਰੱਖਣੇ ਹੁਣ ਪੈਨਸ਼ਨ ਦੇ ਨਾ ਨਾ ਉਹ ਕਹਿੰਦੀ ਮੇਰੇ ਡੈਡੀ ਦੀ ਪੈਨਸ਼ਨ ਆਉਂਦੀ ਆ ਮੇਰੀ ਆਉਂਦੀ ਆ ਉਹਦੇ ਡੈਡੀ ਦੀ ਆਉਂਦੀ ਆ ਫਿਲਮਾਂ ਲੈ ਜਾਣਾ ਰਾਜੂ ਨੂੰ ਪੱਕੀ ਆਇਆ ਕਰੂਗੀ ਦੋ ਤਿੰਨ ਮਹੀਨੇ ਘਰੇ ਤੇ ਫਿਰ ਕੀ ਜਾ ਲੈਂਦੇ ਤੇ ਨਿਆਣੇ ਪਾਉ ਸੰਗ ਉਹ ਕਹਿੰਦੇ ਕਹਿੰਦੇ ਨਿਆਣੇ ਸ਼ੀਰੋ ਨੂੰ ਦੇ ਜਾਣੇ ਆ ਹੈ ਰਾਜੂ ਹੁਣ ਕੀ ਕਰਨਾ ਰਾਜੂ ਦਾ ਰਾਜੂ ਨੂੰ ਲੱਭ ਕੇ ਲਿਆ ਬਾਬੂ ਤੇ ਰਾਜੂ ਤੂੰ ਲੱਭ ਕੇ ਲਈਏ ਨਹੀਂ ਲੱਭ ਕੇ ਲਿਆ ਖੜੀ ਕਿੱਥਾਂ ਹੀ ਉਹ ਨਿਕਲ ਗਈ ਯਾਰ ਅੱਗੋਂ ਖੜੀ ਕਿੱਥਾਂ ਹੀ ਤੂੰ ਨਿਕਲ ਗਈ ਅੱਗੋਂ ਨਹੀਂ ਨੂੰ ਚਲ ਗਈ ਕਹਿਣਾ ਨਹੀਂ ਨਹੀਂ ਇਸ ਚੀਜ਼ ਦਾ ਪਤਾ ਕਿ ਰਾਜੂ ਕਿੱਥੇ ਆ ਤੇ ਇਹਦੇ ਨੂੰ ਬੈਟਰ ਹੋਊਗਾ ਹੁਣ ਤੂੰ ਉਹਨੂੰ ਲੱਭ ਕਿੱਥੇ ਹੋਊਗੀ ਸਾਨੂੰ ਨਹੀਂ ਪਤਾ ਕਿੱਥੇ ਆ ਚਲ ਠੀਕ ਆ ਨਹੀਂ ਪਤਾ ਤੇ ਮੈਂ ਕੀ ਕਰਾਂ ਫਿਰ ਹੁਣ ਤੈਨੂੰ ਤੇ ਕੋਈ ਪਰਵਾਹ ਨਹੀਂ ਰਾਜੂ ਦੀ ਤੇ ਆਹੋ ਹੋਣ ਹੁਣ ਕੀ ਕਰੇਗੀ ਇੱਥੇ ਬੈਠੀ ਰਹੇ ਭਲਾ ਰਾਜੂ ਨਹੀਂ ਆਉਣਾ ਕਿੱਥੇ ਰਾਜੂ ਰਾਜੂ ਤੇ ਦੱਸ ਤੈਨੂੰ ਦੱਸਣ ਤੇ ਦੇ ਤੂੰ ਯਕੀਨ ਨਹੀਂ ਕਰਦਾ ਹੀ ਹੋਣਾ ਕੀ ਕਰ ਸਕਦੇ ਬਾਅਦ ਚ ਉੱਥੇ ਤੁਹਾਨੂੰ ਲੋਕਾਂ ਮਗਰ ਲਾ ਕੇ ਗੱਲਾਂ ਕਰਦੀ ਆ ਕਰਦੀ ਆ ਤੂੰ ਕੀ ਸੀਨ ਦੇ ਵੱਡੇ ਮੰਮਾ ਪਰਿਵਾਰ ਹੈ ਪਰਿਵਾਰ ਆਪਣੀ ਤੁਸੀਂ ਤਾਂ ਸੀਨ ਕਹਿੰਦੇ ਰਹੇ ਤਾਂ ਆਪੇ ਨਾ ਸੀਨ ਸਾਨੂੰ ਜਾ ਹੀ ਨਹੀਂ ਕੀਤੇ ਹੈ ਦਰਜੀ ਸੀਂਦੇ ਹੀ ਆ ਸਾਨੂੰ ਨਹੀਂ ਨਾ ਜਾ ਜਾਂਦੇ ਮੈਨੂੰ ਬੀਬੀ ਫਿਰ ਕਿੰਨੇ ਕੰਮਾਂ ਦੀ ਜਾ ਜਾਂਦੀ ਸਲਾਈਆਂ ਆਉਂਦੀ ਕੱਪੜੇ ਸੀਨ ਦੀ ਸਬਜ਼ੀ ਰੋਟੀ ਪਾਣੀ ਬਣਾਉਂਦੀ ਦਰਜੀ ਹੁੰਦੇ ਉਹ ਮੁੰਡੇ ਨਹੀਂ ਸੀਂਦੇ
ਸਾਰਾ ਕੰਪਲੀਟ ਸੂਟ ਸੀ ਨਹੀਂ ਤੇ ਹਾਂ ਸੀਂਦੀ ਨਹੀਂ ਹੁਣ ਨਹੀਂ ਸੀਵ ਦਿੰਦੇ ਗਾ ਨਹੀਂ ਸਵਾਈ ਕੀਤੀ ਕਦੀ ਕਿ ਨਹੀਂ ਸਵਾਈ ਨੇ ਕਿਤੇ ਮੁਖਤੀ ਤੇਰਾ ਮੇਰਾ ਸੀਨ ਤਾਂ ਅੱਛਾ ਹਾਂ ਸਵਾਈ ਇੱਥੇ ਕਰਨੀ ਮੇਰਾ ਪਿਓ ਆਨਾ ਦਾ ਹੀ ਤੂੰ ਕੱਟਗਣ ਪਾਣੀ ਡਾ ਇਹਨਾਂ ਕੰਮ ਕਰ ਅੱਛਾ ਕਹਿੰਦਾ ਕੱਟਗਣ ਪਾਣੀ ਕੱਟੀ ਇੱਕ ਪਾਣੀ ਮੇਰੇ ਵਾਕਈ ਸਾਲ ਬਾਅਦ ਕੱਟੀ ਵੇਚ ਲਈਏ ਤੇ ਸਮਾਈ ਜਿੰਨੇ ਪੈਸੇ ਆ ਜਾਂਦੇ ਤੋ ਗਾਈਸ ਜੋ ਵੀ ਬੁਟੀਕ ਦਾ ਕੰਮ ਕਰਦਾ ਬੁਟੀਕ ਦਾ ਕੰਮ ਛੋੜੋ ਔਰ ਗਾਂ ਔਰ ਬੱਚੇ ਪਾ ਲਓ ਉਸਨੇ ਜ਼ਿਆਦਾ ਫਾਇਦਾ ਹੈ ਨਾ